ਸਟੇਡੀਅਮ ਦੇ ਸੱਤ ਦੇ ਜਿਹੜੇ ਵੀਰ ਬੈਠੇ ਆ ਉਹਨਾਂ ਦੇ ਵਿੱਚ ਕਿਸੇ ਵਕਤ ਵੀ ਜਿਹੜੀਆਂ ਪਾਈਪਾਂ ਲੱਗੀਆਂ ਨੇ ਕਰੰਟ ਆ ਸਕਦਾ ਵੀਰੇ ਪ੍ਰਧਾਨ ਸਾਹਿਬ ਇਸੇ ਕਰਕੇ ਹਿਲਾਰੀ ਦੇ ਸੱਟ ਲੱਗੀ ਹੈ ਫਿਰ ਦੇਖ ਲੈ ਇੱਕ ਪਾਸੇ ਰੂੜੇ ਕਹਿੰਦਾ ਜੱਗਾ ਤੇ ਸਤਨਾਮ ਮੁਦਕੀ ਵਾਲਾ ਨੌਜਵਾਨ ਛੇਵੇਂ ਪਾਤਸ਼ਾਹ ਦੀ ਚਰਨ ਛੋ ਪ੍ਰਾਪਤ ਧਰਤੀ ਹੈ ਸਮੇ ਪੁਆਇੰਟ ਲੈ ਕੇ ਆ ਗਿਆ ਜੰਡ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਹੈ ਲਓ ਚੱਲਿਆ ਕਬੱਡੀ ਪਾਉਣ ਰੂੜੇ ਕਹਿੰਦੀ ਧਰਤੀ ਦਾ ਜਿੱਥੋਂ ਦੇ ਪਬਲੀ ਨੇ ਨਾਂ ਰੋਸ਼ਨ ਕੀਤਾ ਇਸ ਪਿੰਡ ਦਾ ਇਸ ਸਮੇਂ ਪੈਂਦੀ ਆ ਰੇਡ ਕੇ ਜਿਹੜਾ ਵੀ ਖਿਡਾਰੀ ਮਨ ਆ ਕੇ ਖੇਡਦਾ ਜ਼ਰੂਰ ਮੁੱਲ ਪੈਂਦਾ ਯਾਰ ਉਹਦੀ ਰੇਡ ਦਾ ਪਰ ਲਵੇ ਨਾ ਸਹਾਰਾ ਗੋਲੀਆਂ ਦੀ ਡੱਬੀ ਦਾ ਫਿਰ ਕੌਡੀ ਤੋਂ ਹੀਰਾ ਬਾਂਦੂ ਜੀ ਨੂੰ ਲੱਗ ਗਿਆ ਇਸ ਕਬੱਡੀ ਦਾ ਇਸ ਸਮੇਂ ਚੱਲਿਆ ਕਬੱਡੀ ਪਾਉਣ ਇਹ ਹੈ ਗੋਰਾ ਜੰਡ ਵਾਲੇ ਦਾ ਜ਼ਿਲ੍ਹਾ ਫਿਰੋਜ਼ਪੁਰ ਦਾ ਇਹ ਨੌਜਵਾਨ ਕਬੱਡੀ ਪਾਉਂਦਾ ਹੈ ਦੇਖਦੇ ਛਾਤਵਾਂ ਸਰੀਰ ਲਾਲ ਕੱਛਾ ਪੈਂਦੀ ਆ ਰੇਡ ਖੇਡ ਮੈਦਾਨ ਦੇ ਅੰਦਰ ਕੇ ਚੱਲ ਛਿੰਦਿਆ ਚੱਲ ਜੱਗਿਆ ਚੱਲ ਛਿੰਦਿਆ ਚੱਲ ਜੱਗਿਆ ਖੇਡ ਮੇਲਾ ਪਿੰਡ ਸਰਾਵਾਂ ਦੀ ਧਰਤੀ ਦੇ ਹੈ ਲੱਗਿਆ ਜਿੱਥੇ ਇੱਕ ਜਿੱਤੀ ਇੱਕ ਢਹਿੰਦੀ ਹੈ ਫਿਰ ਤੂੰ ਵੀ ਚੱਲ ਕੇ ਦੇਖ ਲੈ ਕਬੱਡੀ ਤੇ ਕਬੱਡੀ ਪੈਂਦੀ ਹੈ ਅਗਲੀਆਂ ਟੀਮਾਂ ਤਿਆਰੀ ਖਿੱਚ ਲੈਣ ਜਗਤ ਸਿੰਘ ਵਾਲਾ ਤੇ ਬਦਲਾ ਜਗਤ ਸਿੰਘ ਵਾਲਾ ਤੇ ਬਦਲੇ ਦੀਆਂ ਟੀਮਾਂ ਹਜੇ ਤੱਕ ਨਜ਼ਰ ਨਹੀਂ ਆ ਰਹੀਆਂ ਉਸ ਤੋਂ ਅੱਗੇ ਬਾਬਾ ਜੈ ਸ੍ਰੀ ਰਾਮ ਕਲੱਬ ਸਰਾਵਾਂ ਤੇ ਖਾਰਾ ਉਸ ਤੋਂ ਬਾਅਦ ਗੁਰੂ ਸਰ ਘੱਗਾ ਤੇ ਰਾਈਆ ਪੱਕਾ ਤੇ ਚੱਕ ਭਾਈਕਾ ਇਹ ਸਾਰੀਆਂ ਟੀਮਾਂ ਆਪਣੇ ਆਪ ਨੂੰ ਤਿਆਰ ਕਰਕੇ ਵੇਟ ਗਰੂਮਾਂ ਚ ਆ ਜਾਣ ਲਾਸਟ ਕਾਲ ਹੈ ਜਗਤ ਸਿੰਘ ਵਾਲਾ ਤੇ ਬਦਲੇ ਦੀਆਂ ਟੀਮਾਂ ਨੂੰ ਇਹ ਚੱਲਦੇ ਮੈਚ ਟੀਮਾਂ ਜਲਦੀ ਖੇਡ ਗਰਾਊਂਡ ਤੇ ਆ ਜਾਣ ਜਗਤ ਸਿੰਘ ਵਾਲਾ ਤੇ ਬਦਲਾ ਬਾਬਾ ਜੈ ਸ੍ਰੀ ਰਾਮ ਕਲੱਬ ਸਰਾਵਾਂ ਤੇ ਖਾਰੇ ਦੀ ਗੱਲ ਹੋਣੀ ਹੈ ਸਾਹਮਣੇ ਮੌਜਗੀ ਦੀ ਧਰਤੀ ਦਾ ਨੌਜਵਾਨ ਇਸ ਸਮੇਂ ਪਾਉਂਦਾ ਹੋਇਆ ਕਬੱਡੀ ਕਿ ਡੌਲਿਆਂ ਦੇ ਵਿੱਚ ਵੱਖਰੇ ਪੈਂਦੇ ਪੱਟ ਜਵਾਨਾਂ ਦੇ ਜੱਫਿਆਂ ਦੇ ਵਿੱਚ ਆਉਂਦੇ ਨੇ ਹੁਣ ਪੱਟ ਜਵਾਨਾਂ ਦੇ ਵੀ ਪੈਪੀ ਵਾਲਾ ਬੋਲਦਾ ਯਾਰ ਬੋਲ ਕਬੱਡੀ ਦੇ ਅੱਜ ਸਾਰੇ ਪਾਸੇ ਵੱਜ ਗਏ ਮਿੱਤਰੋ ਢੋਲ ਕਬੱਡੀ ਦੇ ਪਵੈਰ ਜਿਹੜਾ ਰੇਡਰ ਦੇ ਹੱਥ ਦੇ ਵਿੱਚ ਜੁੜ ਗਿਆ ਚੱਲੇ ਨੌਜਵਾਨਾਂ ਤ੍ਰਿਪਾ ਅਗਲੀ ਕਬੱਡੀ ਰੂੜੇ ਕਹਿੰਦੀ ਧਰਤੀ ਦਾ ਨੌਜਵਾਨ ਇਸ ਸਮੇਂ ਪਾਉਂਦਾ ਹੋਇਆ ਕਬੱਡੀ ਸਾਹਮਣੇ ਚਾਰ ਜਾਫੀਆਂ ਦੇ ਵਿੱਚੋਂ ਕਿਹੜਾ ਨੌਜਵਾਨ ਹੈ ਜਿਹੜਾ ਇਸ ਨੌਜਵਾਨ ਨੂੰ ਰੱਖ ਪਾਵੇਗਾ ਕਿਹੜਾ ਨੌਜਵਾਨ ਹੈ ਜਿਹੜਾ ਇਸ ਨੂੰ ਡੱਕ ਪਾਵੇਗਾ ਕਿ ਮੇਲਾ ਮੇਲਾ ਕਰਦੀ ਸੀ ਪਹਿਲਾਂ ਭਰੂ ਬਥੇਰਾ ਚਾਰੇ ਪਾਸੇ ਕਾਠੀ ਦਿਸਦਾ ਕੀ ਬੁੱਢਾ ਕੀ ਫੇਰਾ ਅੱਖ ਪੱਟ ਕੇ ਤਾਣੂ ਚੱਕਿਆ ਭਰਿਆ ਪਾ ਬਨੇਰਾ ਤੇ ਕੌਡੀ ਪਾ ਮੁੰਡਿਆ ਕਰਕੇ ਤਕੜਾ ਜ਼ੇਰਾ ਤੇ ਕੌਡੀ ਪਾ ਮੁੰਡਿਆ ਕਰਕੇ ਤਕੜਾ ਜ਼ੇਰਾ ਲਵਲੀ ਤੋਤੇ ਵੱਲ ਨੂੰ ਟੱਟ ਕੀਤਾ ਅਸੀਂ 53 ਵੱਲੋਂ ਵਰਗ ਦੀਆਂ ਟੀਮਾਂ ਨੂੰ ਬੇਨਤੀ ਕਰਦੇ ਹਾਂ 53 ਵਰਗ ਦੀਆਂ ਟੀਮਾਂ ਨੂੰ ਬੇਨਤੀ ਕਰਦੇ ਹਾਂ ਕਿ ਅਸੀਂ ਸੁਬਹ 8 ਵਜੇ ਮੈਚ ਸਟਾਰਟ ਕਰਾ ਦੇਣੇ ਹਾਂ 53 ਕਿਲੋ ਦੇ ਤੇ 20 ਟੀਮਾਂ ਹੀ ਐਂਟਰ ਕਰਨੇ ਆ ਮੇਰੇ ਵੀਰ 7 ਵਜੇ ਨੂੰ ਐਂਟਰੀ ਸ਼ੁਰੂ ਆ 8 ਵਜੇ ਮੈਚ ਸਟਾਰਟ ਆ 8 ਵਜੇ ਤੱਕ ਜਿਹੜੀਆਂ 20 ਟੀਮਾਂ ਆਈਆਂ ਅਸੀਂ ਉਹੀ ਐਂਟਰ ਕਰਾਂਗੇ ਬਾਅਦ ਦੇ ਵਿੱਚ ਕੋਈ ਵੀ ਖਿਡਾਰੀ ਸਾਡੇ ਇਤਰਾਜ਼ ਨਾ ਕਰੇ ਹਾਂਜੀ ਇਹ ਤੁਸੀਂ ਸੋਣੀ ਲੈ ਕਬੱਡੀ 53 ਕਿਲੋ ਸਵਾ 8 ਵਜੇ ਮੁਕਾਬਲੇ ਕਰਵਾਏ ਜਾਣਗੇ ਉਸ ਤੋਂ ਬਾਅਦ ਕੋਈ ਟੀਮ ਜਿਹੜੀ ਐਂਟਰ ਨਹੀਂ ਕੀਤੀ ਜਾਣੀ ਫਿਰ ਚੱਲਿਆ ਕਬੱਡੀ ਪਾਉਣ ਖੇਡ ਮੈਦਾਨ ਦੇ ਅੰਦਰ ਰੂੜੇ ਕਹਿੰਦੀ ਧਰਤੀ ਦਾ ਜੱਟ ਫਿਰ ਕੱਢੀ ਜਾਂਦਾ ਵੱਤ ਖੇਡ ਮੈਦਾਨ ਦੇ ਅੰਦਰ ਪੈਂਦੀ ਆ ਰੇੜ ਕੇ ਲੱਤਾਂ ਮੈਂ ਲੁਧਿਆਣੇ ਨੀ ਫਿਰ ਧਮਕ ਜਲੰਧਰ ਪੈਂਦੀ ਹੈ ਅੱਜ ਧਮਕਾਂ ਪੈਂਦੀਆਂ ਨੇ ਲਓ ਇਸ ਸਮੇਂ ਰੂੜੇ ਕਿਆਂ ਵਾਲਾ ਕਬੱਡੀ ਪਾਉਂਦਾ ਇੱਕ ਪਾਸੇ ਗੱਗੀ ਜੰਡ ਵਾਲਾ ਪਿੰਡ ਹੈ ਇੱਕ ਖੀਰਾਂ ਵਾਲੀ ਦਾ ਕਿਤੇ ਫੋਰ ਟ੍ਰੈਕਟਰ ਜੇਤੂ ਇੱਕ ਪਾਸੇ ਦੇਖਣੇ ਗੱਗੀ ਜੰਡ ਵਾਲੇ ਦਾ ਪਰ ਆਹ ਚੱਲਿਆ ਰੂੜੇ ਕਿਆਂ ਵਾਲਾ ਗੱਭਰੂ ਪੁਆਇੰਟ ਲੈ ਕੇ ਆਪਣੇ ਪਾਲੇ ਹੈ ਚੱਲ ਓਏ ਸਤਨਾਮ ਪਾ ਕਬੱਡੀ ਖੇਡ ਮੈਦਾਨ ਦੇ ਅੰਦਰ ਚੱਲਿਆ ਕਬੱਡੀ ਪਾਉਣ ਕਿ ਜਦੋਂ ਡੱਟ ਖੁੱਲਦਾ ਬੋਤਲ ਦਾ ਜਦੋਂ ਡੱਟ ਖੁੱਲਦਾ ਬੋਤਲ ਦਾ ਫਿਰ ਮਸਤ ਮਾਰਦਾ ਘਰ ਦੀ ਗੱਡੀ ਦਾ ਲੌਂਗ ਰੋਡ ਤੇ ਟਾਇਰ ਗੋਇੰਦਾ ਵਧੀਆ ਗੱਡੀ ਦਾ ਫਿਰ ਜੀਡੀ ਰੋਡ ਤੇ ਟਾਇਰ ਗੋਇੰਦਾ ਚੰਗੀ ਗੱਡੀ ਦਾ ਵਿਕਟ ਕਚਹਿਰੀ ਗੁੱਸਾ ਪਾਲੇ ਤੀਵੀਂ ਛੱਡੀ ਦਾ ਹੁਣ ਪੂਰਾ ਮੁੱਲ ਹੈ ਪੈਂਦਾ ਮਿੱਤਰੋ ਮੈਂ ਖੇਡ ਕਬੱਡੀ ਦਾ ਇਸ ਸਮੇਂ ਆ ਗਿਆ ਨੌਜਵਾਨ ਸਤਨਾਮ ਮੁਦਕੀ ਵਾਲਾ ਪੁਆਇੰਟ ਲੈ ਕੇ ਆਪਣੇ ਪਾਲੇ ਹੈ ਚੱਲਿਆ ਕਬੱਡੀ ਪਾਉਣ ਖੇਡ ਮੈਦਾਨ ਦੇ ਅੰਦਰ ਰੂੜੇ ਕਹਿਣ ਵਾਲਾ ਨੌਜਵਾਨ ਅਗਲੀਆਂ ਟੀਮਾਂ ਬਦਲਾ ਬਾਬਾ ਤੇ ਜਗਤ ਸਿੰਘ ਵਾਲਾ ਬਾਬਾ ਜੈ ਸ੍ਰੀ ਰਾਮ ਕਲੱਬ ਸਰਾਵਾਂ ਤੇ ਖਾਰੇ ਦੀ ਗੱਲ ਹੋਣੀ ਹੈ ਗੁਰੂ ਸਰ ਘੱਗਾ ਤੇ ਰਾਈਆ ਇਹ ਟੀਮਾਂ ਵੀ ਤਿਆਰੀ ਖਿੱਚ ਲੈਣ ਲਓ ਪੁਆਇੰਟ ਜਿਹੜਾ ਇਸ ਸਮੇਂ ਰੂੜੇ ਕਹਿੰਦੇ ਖਾਤੇ ਜੁੜਦਾ ਮੈਚ ਹੋ ਗਿਆ ਸਮਾਪਤ ਜੇਤੂ ਦੀ ਟੀਮ ਇਸ ਮੁਕਾਬਲੇ ਤੋਂ ਰੂੜੇ ਕਹਿੰਦੇ ਮੁਕਾਬਲਾ ਜਿੱਤ ਲਿਆ ਰੂੜੇ ਕਹਿੰਦੀ ਟੀਮ ਜੇਤੂ ਦੀ ਆ ਵੀ ਨੋਟ ਕਰ ਲਓ
हाँ जी आओ फिर बदला ते जग सिंह वाला एक बार फिर धनवाद है दशमेश क्लब के प्रधान साढ़े दलवीर सिंह जी नौजवान सभा के प्रधान गरमान सरां उत्थे नाल ही साढ़े डॉक्टर जगसीर सरां जी हरविंदर बराड़ रमनदीप सरां काला जसविंदर लोगू हरविंदर सरां बलजिंदर सरां साढ़े वीर खालसा जी दर्शन सरां जी उत्थे नाल ही सरबजीत सिंह जी कंग प्रधान साहब डॉक्टर प्रीतम सिंह जी सरां इकबाल सरां जी सुरजिंदर सुखमंदर सरां ते नाल ही हरकमल सरां सुखदेव देबा चंद संधु कलवंत मधु अमृतपाल बराड़ हरजिंदर कटारगा हाँ जी हाँ जगत सिंह वाला ते बदरे का मैं स्टार्ट कराओ जी जल्दी उस तो बाद बाबा जैसी राम क्लब सरावां ते खारा आवेगा नियारा सरावां दी डांग थारे ना खड़कनी है बड़ा तकड़ा मुकाबला होना है सार होके वेखन वाला हो मुकाबला होवेगा सरावां ते खारा ते आओ फिर इधरले पासे कलामा चेता एक पासे आ टीम बदरा जिला बरनाला के मोटर मित्रा दी चल बरनाले चल गए पहाड़ा नहीं लगना ऐसे में ए टीम आ गई है बदरे दी छप्पड़ वाले पासे के सूए छप्पड़ा कसरे जड़ा कदे नहाया नहीं वातू प्या कोई टायर ते डंडे नाल पजाया नहीं मां बाप दिया गाला सेंदा जो कते आती नहीं हुंदा फिर बेशक रहे पंजाब ते ओ पंजाबी नहीं हुंदा इधरले पासे पिंड है जगत सिंह वाला जसविंदर कन्नू दा पिंड है न्यू दीप कबड्डी अकैडमी गिदड़वा मुक्सर दे लई अकैडमीआं दे मैच खेडदा है कहिंदे कन्नू जगत सिंह वाले दा रमाणियां दे कबड्डी कप दा स्कूटर जेतू मोटरसाइकिल जेतू ओहदे पेंडू नौजवान कहिंदे सुखा जगत सिंह वाले दा सोने दी मुंदरी पा के वड्डे मान दित्ते है जगत सिंह वाले दे कबड्डी कप ते इस नौजवान नूं आओ फिर जगत सिंह वाला एक पासे जिला मुक्सर एक पासे बरनाले दी टक्कर तुसीं खेड मैदान दे अंदर देखनी है अगलियां टीमां खारा ते बाबा जैसी राम क्लब सरावां दी गल होनी है उस तो बाद गुरु सर कग्गा ते राइया ये टीमां भी तैयारी खिंच लैन एक बार फिर बड़ा धनवाद है एनआरई भरावां दा जिथे भाई लवप्रीत कंग गुरपिंदर सरां जतिंदर जसर अनमोलदीप सरां न्यूजीलैंड वाले वीर उथे नाल ही हरजिंदर सरां आस्ट्रेलिया गगनदीप सरां आस्ट्रेलिया सुखमंदर सरां पाल सरां इटली मनदीप पिट्टू आस्ट्रेलिया सारे सज्जणां दा बड़ा धनवाद करदे हैं ला कुलदीप नाम है कौनी पिंडे सरां जवान दा जिला मुक्सर दा खिलाड़ी कबड्डी पाउंदा है कि कबड्डी ना पंजाबीआं नूं इश्क डाढा है जिवें मक्की दी रोटी ना मक्खन सागदा है पंजां दरियावां दी गोद विच खेड़ तनमी पंजाबी पुत्रां वांग इस नूं पालदा है जिथे जा पैगी उथे नाल लै गए ਦਾ ਭੰਗੜਾ ਛੋ ਕਮਾਲ ਦਾ ਏ ਹੁਣ ਵਿੱਚ ਪਰਦੇਸਾਂ ਵਿੜਿੰਗ ਤੱਕੇ ਤੌਰ ਪੰਜਾਬ ਦਾ ਠਾਠਾ ਪਿਆ ਮਾਰਦਾ ਏ ਤੌਰ ਪੰਜਾਬ ਦਾ ਠਾਠਾ ਪਿਆ ਮਾਰਦਾ ਏ ਇਸ ਸਮੇਂ ਬਦਰੇ ਵਾਲਾ ਗੱਭਰੂ ਕਬੱਡੀ ਪਾਉਂਦਾ ਸਾਹਮਣੇ ਨੌਜਵਾਨ ਦੀ ਪਾਈ ਹੋਈ ਕਬੱਡੀ ਆ ਕਿ ਦਾਰੂ ਬੁੱਕੀ ਗੋਲੀਆਂ ਸਮਾ ਕੇ ਅਤੇ ਆਸ਼ਕੀ ਪੰਜੇ ਚੀਜ਼ਾਂ ਹੁੰਦੀਆਂ ਜਵਾਨੀ ਰੁੱਤੇ ਮਾੜੀਆਂ ਨਾਮ ਆਪਣੇ ਪਿੰਡ ਦਾ ਅਰਸ਼ਾਂ 'ਚ ਲਿਖ ਦਿੰਦੇ ਪਾ ਕੇ ਰੱਖਦੇ ਜੁਸੇ ਦੇ ਨਾਲ ਯਾਰੀਆਂ ਗਰਾਊਂਡ ਵਿੱਚ ਹੀ ਉੱਡਦੇ ਨੂੰ ਕਹਿੰਦੇ ਬਾਜ ਵਾਂਗੂ ਉੱਡਦੇ ਨੂੰ ਕਹਿੰਦੇ ਵੇਖ ਬਾਈ ਬਾਜ ਵਾਂਗੂ ਮਾਰਦਾ ਉਡਾਰੀਆਂ ਤਾਈਵਾਲ ਕੁੰਡਾ ਤਾਈਵਾਲ ਕਹਿੰਦਾ ਵੇਖਣ ਦੇ ਅੱਜ ਅੱਖਾਂ ਵਿੱਚੋਂ ਕਿਵੇਂ ਡਿੱਗਦੀਆਂ ਜੋਬੜ ਖਮਾਰੀਆਂ ਜੋਬੜ ਖਮਾਰੀਆਂ ਡਿੱਗਦੀਆਂ ਨੇ ਨੌਜਵਾਨਾਂ ਦੇ ਗੁੰਦਲੇ ਸਰੀਰ ਨੌਜਵਾਨ ਨੇ ਲਾਈ ਅੱਖਾਂ ਨੂੰ ਕਲੀ ਤੇ ਮਾਂ ਕਰੇ ਪਲੀ ਜਦ ਵਿਰੋਧੀਆਂ ਦੇ ਵਿਹੜੇ ਵੱਲ ਚੱਲੀ ਸਾਹਮਣੇ ਨੌਜਵਾਨ ਦੀ ਪਾਈ ਹੋਈ ਕਬੱਡੀ ਚਾਰ ਜਾਫੀ ਬਿਲਕੁਲ ਤਿਆਰੀ ਦੇ ਵਿੱਚ ਕਿਹੜਾ ਨੌਜਵਾਨ ਜਿਹੜਾ ਇਸ ਨੌਜਵਾਨ ਨੂੰ ਰੱਖ ਪਾਵੇਗਾ ਗੱਲ ਦੇ ਵਿੱਚ ਪਾਇਆ ਹੋਇਆ ਨਪੋਦਰ ਵਾਲੇ ਸਾਈਆਂ ਦੇ ਨਾਂ ਦਾ ਸਿੱਕਾ ਵਾਹ ਵਾਹ ਕੀ ਬਾਤ ਹੈ ਇੱਕ ਪਾਸੇ ਕੌਣੀ ਵਾਲਾ ਬੱਬਾ ਵੀ ਕਮਾਲ ਕਰਦਾ ਤੇ ਪੈਰੋ ਵਾਲਾ ਹਿੱਟੀ ਵੀ ਧੌਲਾ ਲਾਲ ਕਰਦਾ ਇਹ ਹੈ ਹਿੱਟੀ ਪੈਰੋ ਦਾ ਬਹੁਤ ਵਰਗਾ ਜਾਫੀ ਹੈ ਚੱਲਿਆ ਕਬੱਡੀ ਪਾਉਣ ਬਦਰੇ ਵਾਲਾ ਨੌਜਵਾਨ ਕਬੱਡੀ ਪਾਉਂਦਾ ਜ਼ਿਲ੍ਹਾ ਬਰਨਾਲਾ ਇੱਕ ਪੈਰ ਘੱਟ ਤੁਰਨਾ ਪਰ ਤੁਰਨਾ ਮਰਕ ਦੇ ਨਾਲ ਹੈ ਬਹੁਤ ਧੰਨਵਾਦ ਭਾਈ ਪਾਲ ਸਰਾਂ ਇਟਲੀ ਹਾਂ ਮੇਰੇ ਬੋਲਾਂ ਤੋਂ ਖੁਸ਼ ਹੋ ਕੇ ਬੜਾ ਮਾਣ ਬੜਾ ਪਿਆਰ ਭੇਜਦਿਆਂ ਵਾਹਿਗੁਰੂ ਚੜ੍ਹਦੀ ਕਲਾ 'ਚ ਰੱਖੇ ਵਾਹ ਜਿਹੜੇ ਬੜੇ ਤੁਸੀਂ ਟੁੱਟੇ ਫੁੱਟੇ ਲਾਜਾਂ ਨੂੰ ਦੱਸਦੇ ਹੋ ਬੜਾ ਪਿਆਰ ਕਰਦੇ ਹੋ ਐਨ ਆਰ ਆਈ ਭਰਾਵਾਂ ਦੀ ਬੜੀ ਦੇਣ ਹੈ ਇਸ ਸਮੇਂ ਕਬੱਡੀ ਨੂੰ ਜਿਉਂਦਾ ਰੱਖਿਆ ਪ੍ਰਵਾਸੀ ਵੀਰਾਂ ਨੇ ਚੱਲਿਆ ਕਬੱਡੀ ਪਾਉਣ ਖੇਡ ਮੈਦਾਨ ਦੇ ਅੰਦਰ
ਪੌਦਾ ਹੋਇਆ ਰੇੜ ਕੇ ਪਰਦੇਸੀ ਵੀਰਾਂ ਨੇ ਕਬੱਡੀ ਨੂੰ ਉੱਤਾ ਚੱਕਿਆ ਪਰਦੇਸੀ ਵੀਰਾਂ ਨੇ ਕਬੱਡੀ ਨੂੰ ਉੱਤਾ ਚੱਕਿਆ ਫਿਲਮੀ ਵੀਰ ਦੇਣ ਲੱਗਿਆ ਦੇਖਦੇ ਕਬੱਡੀ ਨੂੰ ਪਿਆਰ ਕਰਨ ਲੱਗੇ ਨੇ ਐਕਟਰ ਤੇ ਦੇਖਦੇ ਕਿਸੇ ਨੂੰ ਦਿੰਦੇ ਬੁੱਟ ਦੋਸਤੋ ਕਿਸੇ ਨੂੰ ਦਿੰਦੇ ਟਰੈਕਟਰ ਲਾ ਇਧਰਲੇ ਪਾਸੇ ਸੇਵਕ ਚੌਕਿਆਂ ਦਾ ਜ਼ਿਲ੍ਹਾ ਬਠਿੰਡੇ ਦਾ ਮਾਣ ਹੈ ਪਰ ਪੁਆਇੰਟ ਜਿਹੜਾ ਇਸ ਸਮੇਂ ਕੁਲਦੀਪ ਕੌਣੀ ਵਾਲਾ ਜਗ ਸਿੰਘ ਵੱਲ ਦੇ ਲਈ ਜੋੜਦਾ ਖਾਲੀ ਚੱਲਿਆ ਕਬੱਡੀ ਪੌਰ ਇਸ ਸਮੇਂ ਪੈਂਦੀ ਆ ਰੇਡ ਇੱਕ ਅਡੈਚਾਂ ਦੀ ਧਰਤੀ ਦਾ ਇੱਕ ਇਹ ਲਾਲੀ ਕਿ ਪਿੰਡਾਂ ਵਿੱਚੋਂ ਪਿੰਡ ਸੁਣੀਦਾ ਉੱਥੋਂ ਦਾ ਇੱਕ ਲਾਲੀ ਸੁਣੀਦਾ ਖੇਡੇ ਵਿੱਚ ਵਲੇਤਾ ਉਧਰਲੇ ਪਾਸੇ ਫਿਰ ਜਗ ਸਿੰਘ ਵਾਲੇ ਦਾ ਨੌਜਵਾਨ ਮੋਰਚੇ ਸੰਭਾਲਦਾ ਪਰ ਟੱਕਰ ਹੋ ਗਈ ਹੈ ਧੂੜਾ ਉੱਡਦੀਆਂ ਨੇ ਮੁਕਾਬਲੇ ਸਖਤ ਹੋ ਗਏ ਇੱਥੇ ਰੱਖ ਵਾਹ ਵਾਹ ਕਿਉਂ ਨੇ ਕੱਢੀ ਭਾਈਆਂ ਦੀ ਗੱਲ ਤੇ ਮੈਂ ਸੱਸ ਗੋਡਿਆਂ ਥੱਲ ਲੈ ਲਈ ਫਿਰ ਉਹ ਗੱਲ ਬਣੀ ਪਈ ਹੈ ਮੁਕਾਬਲੇ ਆ ਜੁੜ ਗਿਆ ਟਿੱਚ ਪਟਨਾ ਦੇ ਵਾਂਗ ਇੱਕ ਤਿੰਨ ਇੱਕ ਤੈਨੂੰ ਗੱਲ ਪੁੱਛਣੀ ਕਾਲਜੇ ਲੱਗ ਗਿਆ ਫਿਰ ਗੱਲ ਵੀ ਪੁੱਛ ਲਈ ਹੈ ਤੇ ਲੱਖਾਂ ਦਾ ਪੁਆਇੰਟ ਵੀ ਲੈ ਲਿਆ ਫਿਰ ਬੱਬਾ ਤਲੇ ਕੌਣੀ ਵਾਲਾ ਕਬੱਡੀ ਪੌਣ ਸਾਹਮਣੇ ਬੱਬਾ ਨੌਜਵਾਨ ਕੌਣੀ ਵਾਲਾ ਨਾਲ ਹੀ ਜਿਹੜੇ ਵੀ ਵੀਰ ਜਾਲ ਦੇ ਨਾਲ ਝੂਟ ਰਹੇ ਨੇ ਵੈਸੇ ਕਹਿਣ ਨੂੰ ਜੀ ਤਾਂ ਨਹੀਂ ਕਰਦਾ ਪਰ ਇਹ ਜਿਹੜਾ ਸਾਰੀ ਖੇਡ ਦਾ ਖਲਾਰਾ ਪੈ ਜੂਗਾ ਜੇ ਜਾਲ ਡਿੱਗ ਪਿਆ ਇਸੇ ਕਰਕੇ ਜਾਲ ਦੇ ਨਾਲ ਨਾ ਝੂਟਣ ਜਿਹੜੇ ਸਾਡੇ ਦਰਸ਼ਕ ਵੀਰ ਆਏ ਆ ਸਾਹਮਣੇ ਬੱਬੇ ਵੀ ਪੈਂਦੀ ਹੋਈ ਕਬੱਡੀ ਨੌਜਵਾਨ ਦੀ ਨੀਲੀ ਪੱਟੀ ਦੇ ਵਿੱਚ ਬੱਬੇ ਦੀ ਪੈਂਦੀ ਹੋਈ ਕਬੱਡੀ ਚੌ ਜਾਫੀਆਂ ਦੇ ਵਿੱਚੋਂ ਨੌਜਵਾਨ ਕਾਲੀ ਪੱਟੀ ਦੇ ਵਿੱਚ ਨੌਜਵਾਨ ਨੇ ਕੀਤੀ ਟਰਾਈ ਤੇ ਪੁਆਇੰਟ ਜਾਫੀਆਂ ਦੇ ਹੱਥ ਦੇ ਵਿੱਚ ਜੁੜ ਗਿਆ ਇਹ ਹੈ ਪੈਰੋ ਵਾਲਾ ਹਿੱਪੀ ਬਹੁਤ ਵਰਗਾ ਜਾਫੀ ਕਬੱਡੀ ਦੇ ਬੜੇ ਤਾ ਕਬੱਡੀ ਦੇ ਬੜੇ ਲਗਾ ਇਸ ਵਾਲ ਕੋਲੇ ਹੈ ਹਾਂਜੀ ਕੱਲ ਨੂੰ ਜਿੱਥੇ ਕਬੱਡੀ ਓਪਨ ਦੇ ਬੜੇ ਸ਼ਾਨਦਾਰ ਮੁਕਾਬਲੇ ਕਬੱਡੀ ਤਰਫਾ ਕਲੋ ਦੇ ਮੁਕਾਬਲੇ ਹੋਣੇ ਉੱਥੇ ਉਹ ਪੰਜਾਬ ਦੀਆਂ ਮਾਣ ਮੱਤੀਆਂ ਮੁਟਿਆਰਾਂ ਪੰਜਾਬ ਤੇ ਹਰਿਆਣਾ ਵਾਹ ਲੜਕੀਆਂ ਦੀ ਗੱਲ ਹੋਣੀ ਹੈ ਕਿ ਕੁੱਖ ਵਿੱਚ ਧੀ ਤੇ ਧਰਤੀ ਚ ਪਾਣੀ ਫਰਨਾ ਸਾਪੇ ਤਾਂ ਖਤਮ ਕਹਾਣੀ ਇਹ ਸਮੇਂ ਨਿਆਰਾ ਹੈ ਮੈਂ ਖੇਡ ਕਬੱਡੀ ਦਾ ਕੁਲਦੀਪ ਕੌਣੀ ਦਾ ਚੱਲਿਆ ਕਬੱਡੀ ਪੌਲ ਜ਼ਿਲ੍ਹਾ ਮੁਕਤਸਰ ਹੈ 40 ਮੁਕਤਾਂ ਦੀ ਧਰਤੀ ਦਾ ਗੱਭਰੂ ਕਿ ਲੱਖੇ ਕੰਧ ਵਾਲੇ ਦਾ ਕਹਿਣਾ ਲੱਖੇ ਕੰਧ ਵਾਲੇ ਦਾ ਕਹਿਣਾ ਆਪਾਂ ਕੀ ਨਸ਼ਿਆਂ ਤੋਂ ਲੈਣਾ ਫਿਰ ਖੇਡੋ ਖੇਡ ਕਬੱਡੀ ਦੀ ਭਾਈ ਕਿਤੇ ਮਿਲੂਗਾ ਬੁਲਟ ਕਿਤੇ ਮਿਲੂ ਬਲੈਰੋ ਗੱਡੀ ਦੀ ਇਹ ਸਮੇਂ ਕੁਲਦੀਪ ਕੌਣੀ ਵਾਲਾ ਕਬੱਡੀ ਪਾਉਂਦਾ ਉਧਰ ਸੇਵਕਾ ਚੌਕਿਆਂ ਦਾ ਲੱਖਾ ਇੱਕ ਕੰਨੀ ਹੈ ਇੱਕ ਕੰਨੀ ਪੈਰੋ ਵਾਲਾ ਹਿੱਪੀ ਹੈ ਫਿਰ ਚਾਰ ਜਾਫੀ ਇਸ ਸਮੇਂ ਹਿੱਪੀ ਪੈਰੋ ਵਾਲ ਦੇ ਨਾਲ ਟੱਕਰਾ ਹੋ ਗਿਆ ਬੜੀ ਸਖਤ ਟੱਕਰ ਹੈ ਲੰਮੀ ਸਪਿੰਡ ਦਾ ਲਿਆ ਆਸਰਾ ਔਰ ਪੁਆਇੰਟ ਜਿਹੜਾ ਇਸ ਸਮੇਂ ਧਾਵੀ ਦੇ ਖਾਤੇ ਇਸ ਸਮੇਂ ਜਗ ਸਿੰਘ ਵਾਲੇ ਦੇ ਖਾਤੇ ਕੁਲਦੀਪ ਕੌਣੀ ਵਾਲਾ ਜੋੜਦਾ ਅਗਲਾ ਮੈਚ ਸਰਾਵਾਂ ਤੇ ਖਾਰਾ ਉਸ ਤੋਂ ਅੱਗੇ ਗੁਰੂ ਸਰ ਘੱਗਾ ਤੇ ਰਾਈਆ ਉਸ ਤੋਂ ਅੱਗੇ ਪੱਕਾ ਤੇ ਚੱਕ ਭਾਈਕਾ ਦੀ ਗੱਲ ਹੋਣੀ ਹੈ ਇਹ ਵੀ ਟੀਮਾਂ ਆਪਣੇ ਆਪ ਨੂੰ ਤਿਆਰੀ ਖਿੱਤਲੇ ਲਾ ਸੁੱਖਾ ਜਗਤ ਸਿੰਘ ਵਾਲੇ ਦਾ ਇਸ ਸਮੇਂ ਸਮੁੰਦਰ ਕੱਦ ਹੈ ਛੋਟਾ ਕੱਦ ਹੈ ਇਸ ਖਿਡਾਰੀ ਦਾ ਪਰ ਪੁਆਇੰਟ ਜਿਹੜਾ ਲਾਲੀ ਇਸ ਸਮੇਂ ਆ ਗਿਆ ਬਦਰੇ ਵਾਲਾ ਪੁਆਇੰਟ ਲੈ ਕੇ ਆਪਣੇ ਪਾਲੇ ਹੈ ਚੱਲ ਨੌਜਵਾਨਾਂ ਕਿਰਪਾ ਕਬੱਡੀ ਵਾਲੀ ਸਮੇਂ ਕਬੱਡੀ ਪਾਉਣ ਦੇ ਲਈ ਕਰਦਾ ਹੋਇਆ ਤਿਆਰੀ ਕਿ ਮੱਥਾ ਟੇਕਿਆ ਗੱਭਰੂ ਨੇ ਹੱਥ ਜੋੜੇ ਲੱਗਾ ਆਪਣੂ ਧਿਆਨ ਲੱਗੋ ਮਾਰੋ ਤਾੜੀਆਂ ਸ਼ੇਰ ਨੂੰ ਦੋ ਤਾਪੀ ਤਾਂ ਵੀ ਚੱਲਿਆ ਕਬੱਡੀਆਂ ਪਾਉਣ ਲੋਕੋ ਸਾਹਮਣੇ ਨੌਜਵਾਨ ਦੀ ਪਾਈ ਹੋਈ ਕਬੱਡੀ ਇੱਕ ਕੰਨੀ ਤੇ ਹੈਪੀ ਕਿਹੜਾ ਨੌਜਵਾਨ ਜਿਹੜਾ ਹੈਪੀ ਲੱਗ ਜੇ ਪਤਾ ਨੌਜਵਾਨਾਂ ਹੁਣ ਰੈਫਰੀ ਦਾ ਫੈਸਲਾ ਜਿਹੜਾ ਅੰਤਮ ਆ ਹਾਂਜੀ ਰੈਫਰੀ ਦਾ ਫੈਸਲਾ ਟੱਲ ਹੈ ਕਿਹਦਾ ਕਿਹਦਾ ਪੁਆਇੰਟ ਕਿਹਦੇ ਵੱਲ ਹੈ ਚੱਲ ਓਏ ਚੋਬੜਾ ਪਾ ਰੇੜ ਚੱਲਿਆ ਕਬੱਡੀ ਪੌਲ ਬਦਰੇ ਵਾਲਾ ਸ਼ਕੀਰ ਫਿਰ ਹਿੱਲਦੀ ਜ਼ਮੀਨ ਪਾਉਂਦਾ ਹੈ ਕਬੱਡੀ ਮੱਲ ਮਾਰਦਾ ਹੈ ਵੱਡੀ ਇਧਰਲੇ ਪਾਸੇ ਲਾ ਡਬਲ ਟੱਚ ਹੈ ਪੁਆਇੰਟ ਰੇਡਰ ਦਾ ਪੁਆਇੰਟ ਧਾਵੀ ਦਾ ਇਸ ਸਮੇਂ ਤੁਸੀਂ ਤੱਕਦੇ ਹੋ ਕਬੱਡੀ ਦੀ ਗੱਲ ਹੋਣ ਲੱਗੀ ਹੈ ਚੱਲ ਓਏ ਚੋਬੜਾ ਪਾ ਕਬੱਡੀ ਕਿ ਚੱਲੋ ਨਹੀਂ ਸਹੀ ਹੋ ਚੱਲੋ ਉੱਥੇ ਜਿੱਥੇ ਪੈਂਦੀਆਂ ਕੌੜ ਕਬੱਡੀਆਂ ਨੇ ਕਈ ਵਿੱਚ ਨਸ਼ੇ ਦੇ ਮਾਂ ਰੇਡਾ ਕਈਆਂ ਹੱਥ ਛੱਡੀਆਂ ਕੈਂਤੀਆਂ ਛੱਡੀਆਂ ਨੇ ਬਲਹਾਰੇ ਜਾਵਾਂ ਉਹ ਬਲਹਾਰੇ ਜਾਵਾਂ ਉਹ ਖਿਡਾਰੀ ਵੀਰਾਂ ਦੇ ਜਿਹੜੇ ਮੱਲਾਂ ਮਾਰਦੇ ਵੱਡੀਆਂ ਨੇ ਸਦਕੇ ਜਾਵਾਂ ਉਹ ਖਿਡਾਰੀ ਵੀਰਾਂ ਦੇ ਜਿਹੜੇ ਮੁਖ ਆਉਂਦੇ ਹੱਡੀਆਂ ਨੇ
ਧੰਨਵਾਦ ਹੈ ਖਿਡਾਰੀ ਵੀਰਾਂ ਦਾ ਦਰਸ਼ਕਾਂ ਦਾ ਇਧਰ ਗੁਰੂ ਕਿਰਪਾ ਸਕਿਉਰਟੀ ਸਰਵਿਸ ਵਾਲੇ ਵੀਰ ਜਿਹੜੇ ਸੇਵਾਵਾਂ ਦੇ ਰਹੇ ਹੈ ਇਹਨਾਂ ਦਾ ਬੜਾ ਧੰਨਵਾਦ ਹੈ ਫਿਰ ਦੇਖਣੇ ਪੈਂਦੀ ਆ ਰੇ ਕੁਲਦੀਪ ਕੌਣੀ ਦਾ ਧੰਮਾ ਪਾਉਂਦਾ ਹੈ ਇਸ ਸਮੇਂ ਲਾ ਸੇਵਕ ਚੌਕਿਆਂ ਵਾਲਾ ਟਰਾਈ ਕਰਦਾ ਪਰ ਪੁਆਇੰਟ ਜਿਹੜਾ ਰੇਡਰ ਦੇ ਖਾਤੇ ਹੈ ਮੈਚ ਹੋ ਗਿਆ ਸਮਾਪਤ ਇਸ ਮੈਚ ਦੇ ਵਿੱਚ ਜੇਤੂ ਦੀ ਟੀਮ ਦੱਸੀ ਮੁਕਾਬਲਾ ਜਿੱਤ ਲਿਆ ਜਗਤ ਸਿੰਘ ਵਾਲੇ ਨੇ ਜਗਤ ਸਿੰਘ ਵਾਲ ਦੀ ਟੀਮ ਇਸ ਮੁਕਾਬਲੇ ਦੇ ਵਿੱਚ ਜੇਤੂ ਦੀ ਟੀਮ ਹੈ ਸਾਢੇ ਸੱਤ ਪੁਆਇੰਟ ਹੈ ਜਗਤ ਸਿੰਘ ਵਾਲੇ ਦੇ ਤੇ ਪੰਜ ਪੁਆਇੰਟ ਹੈ ਬਦਰਾ ਇਸ ਮੈਚ ਦੇ ਵਿੱਚ ਜੇਤੂ ਦੀ ਟੀਮ ਹੈ ਖੇਡ ਮੈਦਾਨ ਦੇ ਅੰਦਰ ਇੱਕ ਵਾਰ ਫਿਰ ਬੜਾ ਧੰਨਵਾਦ ਕਰ ਗਏ ਉਹ ਪ੍ਰਵਾਸੀ ਵੀਰਾਂ ਦਾ ਜਿਹੜੇ ਕਬੱਡੀ 365.com ਦੇ ਨਾਲ ਜੁੜੇ ਹੋਏ ਹੈ ਮੇਜਰ ਬਰਾੜ ਪਲੂਰ ਦੇਖਣੇ ਅੱਗੇ ਬਿਜ਼ਨਸਮੈਨ ਨੇ ਉੱਥੇ ਖੇਤੀ ਦੇ ਖੇਡ ਪ੍ਰਮੋਟਰ ਉੱਥੇ ਨਾਲ ਹੀ ਸਾਡੇ ਦੇਖਣੇ ਜਲੰਧਰ ਸਿੱਧੂ ਪੰਜ ਗ੍ਰਾਈ ਗੁਰਮੀਤ ਮੰਡ ਵਾਲਾ ਜਿਹੜੇ ਸਾਡੇ ਵੀਰ ਕਬੱਡੀ 365.com ਦੇ ਨਾਲ ਜੁੜੇ ਹੋਏ ਹੈ ਅਵਤਾਰ ਬਰਾੜ ਲੰਗਿਆ ਨਾ ਹਾਂਗਕਾਂਗ ਵਿੱਚ ਬੈਠੇ ਜਿਹੜੇ ਕਬੱਡੀ ਦੇ ਨਾਲ ਜੁੜੇ ਆ ਸਾਰੇ ਵੀਰਾਂ ਦਾ ਅਸੀਂ ਬੜਾ ਧੰਨਵਾਦ ਕਰਦੇ ਹਾਂ ਉੱਥੇ ਸਾਡੇ ਵੀਰ ਲਵਪ੍ਰੀਤ ਕੰਗ ਵਰਗੇ ਦੇਖਦੇ ਹਾਂ ਹਰਜਿੰਦਰ ਆਸਟ੍ਰੇਲੀਆ ਗਗਨ ਆਸਟ੍ਰੇਲੀਆ ਉੱਥੇ ਨਾਲ ਸਾਰੇ ਪ੍ਰਵਾਸੀ ਵੀਰਾਂ ਦਾ ਅਸੀਂ ਧੰਨਵਾਦ ਕਰਦੇ ਰਵਾਂਗੇ ਸਮੇਂ ਸਮੇਂ ਦੇ ਨਾਲ ਕਿਉਂਕਿ ਦੋਸਤੋ ਇਹ NRI ਵੀਰਾਂ ਦੀ ਬਹੁਤ ਵੱਡੀ ਦੇਣ ਹੈ ਕਬੱਡੀ ਨੂੰ ਉੱਚੀ ਤੇ ਸੁੱਚੀ ਸੋਚ ਦੇ ਸਦਕਾ ਜਿਹੜਾ ਕਬੱਡੀ ਨੂੰ ਉੱਚਾ ਚੱਕਿਆ ਜਾ ਰਿਹਾ ਹੈ ਟਾਈਮ ਦੱਸੋ ਜੀ ਇਸ ਮੈਚ ਨੂੰ ਹਾਂਜੀ ਸਾਢੇ 11 ਤੇ 12 ਹਾਂਜੀ ਲਾ ਇੱਕ ਪਾਸੇ ਹੈ ਬਾਬਾ ਜੈ ਸ੍ਰੀ ਰਾਮ ਕਲੱਬ ਸਰਾਵਾਂ ਤੇ ਇੱਕ ਪਾਸੇ ਹੈ ਥਾਰਾ ਫਿਰ ਆਵੇਗਾ ਨਿਆਰਾ ਇਸ ਸਮੇਂ ਕਿਆ ਬਾਤਾਂ ਨੇ ਮੁਕਾਬਲਾ ਹੋਣਾ ਬੜਾ ਸਖਤ ਫਿਰ ਚੱਲਿਆ ਕਬੱਡੀ ਪੌਂਡ ਕਹਿੰਦੇ ਪਿੰਡ ਹੈ ਬਖਤਗੜ ਜ਼ਿਲ੍ਹਾ ਬਰਨਾਲਾ ਤੇ ਨਾਮ ਹੈ ਪੀਤਾ ਪੱਪੇ ਨਾਲ ਪੀਤਾ ਪੱਪੇ ਨਾਲ ਪਾਣੀ ਪੱਪੇ ਨਾਲ ਪੀਤਾ ਪੱਪੇ ਨਾਲ ਪਰਮੇਸ਼ਰ ਪੱਪੇ ਨਾਲ ਪੰਜਾਬ ਬਣ ਜਾਂਦਾ ਕਿ ਪੰਜਾਂ ਪਾਣੀਆਂ ਦੀ ਧਰਤੀ ਨੇ ਹੈ ਜਾਲ ਬੰਨੇ ਜਿਹਦੀ ਕੱਖ ਵਿੱਚੋਂ ਮੈਂ ਜੰਮਿਆ ਸੋਨਾ ਉਗਦੀ ਇੱਥੋਂ ਦੀ ਜ਼ਮੀਨ ਦਿੱਤ ਗਏ ਨੀ ਮੈਂ ਪੁੱਤ ਹਾਂ ਪੰਜਾਬ ਦਾ ਸ਼ਕੀਨ ਦਿੱਤ ਗਏ ਲਾ ਇੱਕ ਪਾਸੇ ਕੋਟੜਾ ਪਿੰਡ ਹੈ ਡਿਸਟ੍ਰਿਕਟ ਮਾਨਸਾ ਦਾ ਸੀਰਾ ਟਰਾਈ ਕਰਦਾ ਪਰ ਪੁਆਇੰਟ ਜਿਹੜਾ ਰੇਡਰ ਦੇ ਖਾਤੇ ਹੈ ਚੱਲਿਆ ਲਕਸ਼ਮਣ ਸਿੰਘ ਲੱਖਾ ਆਹਾ ਖਾਰਾ ਪਿੰਡ ਹੈ ਬਾਪੂ ਗਾਂਧੀ ਦਾ ਪਿੰਡ ਹੈ ਕੇਸਰ ਖਾਰੇ ਦਾ ਪਿੰਡ ਹੈ ਨੀਲੀ ਖਾਰੇ ਦਾ ਪਿੰਡੂ ਹਰਬੰਸ ਖਾਰੇ ਦਾ ਪਿੰਡੂ ਸ਼ਕਤੀਮਾਨ ਖਾਰੇ ਦਾ ਪਿੰਡੂ ਕਬੱਡੀ ਪਾਉਂਦਾ ਹੈ ਇਸ ਸਮੇਂ ਲੱਖਾ ਖਾਰੇ ਵਾਲਾ ਧੰਮ ਮਚਾਈ ਫਿਰਦਾ ਫਿਰ ਚਾਰ ਜਣਿਆਂ ਨੂੰ ਅੱਗੇ ਲਾਈ ਫਿਰਦਾ ਇੱਕ ਪਾਸੇ ਸਰਾਵਾਂ ਵੱਲੋਂ ਪੈ ਗਿਆ ਟੁੱਟ ਕੇ ਨੌਜਵਾਨ ਲਾ ਜੈਂਬੋ ਸਾਹੋ ਕੇ ਬਰਨਾਲਾ ਕਿਆ ਬਾਤਾਂ ਨੇ ਫਿਰ ਚੱਲਿਆ ਸਰਾਵਾਂ ਦਾ ਜੱਸ ਕੁੜੇ ਲਾ ਕੌਡੀ ਪਾਉਂਦਾ ਪੈਂਦਾ ਹੱਸ ਕੁੜੇ ਇਸ ਸਮੇਂ ਇਹ ਹੈ ਜੱਸ ਸਰਾਵਾਂ ਦੀ ਧਰਤੀ ਦਾ ਕਬੱਡੀ ਕਰਦਾ ਉਧਰਲੇ ਪਾਸੇ ਖਾਰਾ ਜ਼ਿਲ੍ਹਾ ਫਰੀਦਕੋਟ ਕੇ ਫਰੀਦਕੋਟ ਦਾ ਕਿਲਾ ਮੈਨੂੰ ਤੇਰੀ ਯਾਦ ਦਵਾਉਂਦਾ ਹੈ ਸਿਰ ਤੇ ਚੱਕੀ ਟੋਕਰੀ ਵਾਲਾ ਸਾਕਾ ਚੇਤੇ ਆਉਂਦਾ ਹੈ ਭਗਤਾਂ ਨਾਲ ਵੀ ਘੱਟ ਨਹੀਂ ਕੀਤੀ ਸਮੇਂ ਸਮੇਂ ਸਰਕਾਰਾਂ ਨੇ ਇੱਕ ਝਲਕ ਤੇਰੇ ਨੂਰ ਤੇ ਪੈ ਗਈ ਤਨ ਵਾਲਿਆ ਕਾਂਗੋ ਕਾਰਾਂ ਨੇ ਪਾਲ ਸਰਾ ਸਾਡਾ ਵੀ ਰੱਖਦਾ ਕਿ ਜਿਹੜਾ ਜੱਫਾ ਲਾਵੇਗਾ 100 ਰੁਪਇਆ ਪਾਵੇਗਾ 100 ਦਾ ਨੋਟ ਹੋਣਾ ਮੁਹੰਮਦ ਸਦੀਕ ਨੇ ਗਾਇਆ ਹਰਦੀਪ ਖਾਰੇ ਵਾਲਾ ਕਬੱਡੀ ਪਾਉਂਦਾ ਉਧਰਲੇ ਪਾਸੇ ਲਾ ਇੱਕ ਪਾਸੇ ਬਾਜਾ ਹੈ ਆਹਾ ਕਿਉਂ ਗੱਭਰੂ ਚੋਟੀ ਦੇ ਰਾਜਾ ਬਾਜ ਤੇ ਪਾਰਸ ਦੀਪਾ ਹਾੜਾ ਬਾਜੋ ਨਸ਼ਾ ਧੋਕਾ ਦਾ ਜ਼ਿੰਦਗੀ ਨਾਲ ਸ਼ਰੀਕਾ ਫਿਰ ਕਹੇ ਮੱਖਣ ਬਰਾੜਾਂ ਦਾ ਛੜ ਤੋਂ ਜਿੰਦ ਵਾਸਤੇ ਪਾ ਕੇ ਆ ਸਿੰਘ ਫਸ ਕੇ ਕੁੰਡੀਆਂ ਦੇ ਮਿੱਤਰਾ ਬਹਿਜਾ ਗੋਡੀ ਲਾ ਕੇ ਮਿੱਤਰਾ ਬਹਿਜਾ ਗੋਡੀ ਲਾ ਕੇ ਇਸ ਸਮੇਂ ਚੱਲਿਆ ਹੈ ਪੀਤਾ ਬਖਤਗੜ ਦਾ ਕਬੱਡੀ ਪਾਉਣ ਜ਼ਿਲ੍ਹਾ ਬਰਨਾਲਾ ਪਾਉਂਦਾ ਹੋਇਆ ਰੇਡ ਉਧਰਲੇ ਪਾਸੇ ਖਾਰਾ ਆਹਾ ਕਿ ਜਦ ਖੇਡੇ ਸ਼ਕਤੀਮਾਨ ਖਾਰਾ ਆਉਂਦਾ ਮੈਚ ਦੇਖਣ ਦਾ ਬੜਾ ਨਿਆਰਾ ਲੋਕੀ ਚੜ ਗਏ ਬਨੇਰੇ ਤੇ ਫਿਰ ਪਿੰਡ ਦਾ ਸਰਪੰਚਾ ਸਾਰਿਆਂ ਦੀ ਅੱਖ ਤੇਰੇ ਤੇ ਮੱਖਣ ਯੂਕੇ ਵੱਲੋਂ
ਸਰਾਵਾਂ ਦੀ ਟੀਮ ਨੂੰ 200 ਰੁਪਇਆ, ਮੱਖਣ ਸਿੰਘ ਯੂਕੇ ਵੱਲੋਂ ਸਰਾਵਾਂ ਦੀ ਟੀਮ ਨੂੰ 200 ਰੁਪਇਆ, ਡਾਕਟਰ ਪ੍ਰੀਤਮ ਸਿੰਘ ਬੋਲਾ ਸੋਰੀ ਸਰਾਵ ਬੋਲਾ ਆਹੋ ਇਹਨੇ ਪਤਾ ਲੱਗਦਾ ਅਗਲਾ ਉਹਦਾ ਪ੍ਰੀਤਮ ਡਾਕਟਰ ਕਹਿੰਦੇ ਬੋਲਿਆ ਦਾ ਪਤਾ ਲੱਗਦਾ ਕਮਲ ਬੋਲਾ ਉਹਦੇ ਅਗਲੇ ਦੇ ਕੋਲੇ ਪਿੰਦੂ ਕਬੱਡੀ ਖਿਡਾਰੀ ਉਹਨਾਂ ਵੱਲੋਂ ਕੀਤੇ ਦੇ ਲਈ 100 ਰੁਪਇਆ, ਲੱਕੀ ਡਿਜੀਟਲ ਸਟੂਡੀਓ ਉਹਨਾਂ ਵੱਲੋਂ 100 ਰੁਪਇਆ ਹੋਵੇਗਾ। ਲਓ ਉਧਰਲੇ ਪਾਸੇ ਮੱਖਣ ਸਿੰਘ ਦੀ ਯੂਕੇ ਕਿਆ ਬਾਤ ਹੈ, ਐਨਆਰਆਈ ਸ਼ਖਸੀਅਤ ਹੈ, ਪੈਂਦੀ ਆ ਰੇਡ ਖੇਡ ਮੈਦਾਨ ਦੇ ਅੰਦਰ ਪਾਲ ਇਟਲੀ ਆਖਦਾ ਜਿੰਨੇ ਸਰਾਵਾਂ ਵਾਲੇ ਜੱਫੇ ਲਾਉਣਗੇ ਉਹਨੇ 100 ਦੇ ਨੋਟ ਹੋਣੇ ਆ। ਸੀਰਾ ਕੋਟੜੇ ਦਾ ਖਾਰੇ ਵਾਲੇ ਨੂੰ ਕੀਤਾ ਟੱਚ ਪਰ ਪੁਆਇੰਟ ਦਿੱਤਾ। ਅਗਲਾ ਮੈਚ ਗੁਰੂ ਸਰ ਘੱਗਾ ਤੇ ਰਾਈਆ, ਇਹ ਟੀਮਾਂ ਤਿਆਰੀ ਖਿੱਚ ਲੈਣ ਗੁਰੂ ਘੱਗਾ ਤੇ ਰਾਈਆ ਕਿ ਤੜਕੇ ਉੱਠ ਕੇ ਮਿੱਤਰੋ ਡੰਡ ਲਾਉਣੇ ਪੈਂਦੇ ਨੇ, ਤੜਕੇ ਉੱਠ ਕੇ ਮਿੱਤਰੋ ਡੰਡ ਲਾਉਣੇ ਪੈਂਦੇ ਨੇ, ਬਦਾਮ ਸਮਝ ਕੇ ਛੋਲੇ ਨਿੱਤ ਚਬਾਉਣੇ ਪੈਂਦੇ ਨੇ, ਬੱਛੋ ਆਣੀਆਂ ਹਾਜ਼ਰੀ ਭਰਨੀ ਪੈਂਦੀ ਰੋੜਾਂ ਵਾਲੇ ਮੈਦਾਨ ਦੀ, ਤਾਂ ਹੀ ਪਿੰਡ ਪਿੰਡ ਚਰਚਾ ਹੁੰਦੀ ਸ਼ੇਰ ਜਿੰਨੀ ਜਾਨ ਦੀ। ਅੱਜ ਜਾਨ ਦੇਖਦੇ ਕਿਸ ਨੌਜਵਾਨ ਦੇ ਚ ਹੈ ਇਹ ਸਮਾਂ ਦੱਸੇਗਾ। ਇੱਕ ਪਾਸੇ ਬਾਜਾ ਹੈ ਸਰਾਵਾਂ ਵਾਲਾ, ਦੇਖਦੇ ਮੇਜਵਾਨ ਨਗਰ ਸਰਾਵਾਂ, ਆਹ ਦੇਖਦੇ ਅੱਜ ਕਿਸੇ ਦਾ ਪੁੱਤ ਕਿਸੇ ਦਾ ਪੋਤਰਾ ਕਿਸੇ ਦਾ ਦੋਤਾ ਖੜਦਾ ਸ਼ੇਰ ਸਿਰ ਲਹੂ ਵੱਜ ਜਾਂਦਾ ਹੈ। ਲਓ ਸੌਟ ਵਾਲੇ ਵੀਰ ਨੂੰ ਬੇਨਤੀ ਹੈ ਸੈੱਲਾਂ ਜਾਂ ਬੈਟਰੀ ਚੇਂਜ ਕਰੋ ਕਿਉਂਕਿ ਮੈਂ ਇੱਕ ਜਿਹੜਾ ਟ੍ਰਿਪ ਮਾਰ ਰਿਹਾ ਹੈ। ਲਓ ਚੱਲੇ ਕੌਡੀ ਪਾਉਣ ਕੀਤਾ ਖੇਡ ਮੈਦਾਨ ਦੇ ਅੰਦਰ, ਪੀਤਾ ਚੱਲਿਆ ਬਖਤਗੜ ਵਾਲਾ ਕਬੱਡੀ ਪਾਉਣ, ਦੋਤੇ ਵਾਲੇ ਸੰਦੀਪ ਵਾਂਗੂ ਰੱਖਿਆ ਵਾਲਾਂ ਦਾ ਸਟਾਈਲ, ਇਸ ਸਮੇਂ ਪਾਉਂਦਾ ਹੋਇਆ ਕਬੱਡੀ ਪੀਤਾ, ਇੱਕ ਦੌਦਰ ਦੀ ਧਰਤੀ ਦਾ ਇੱਕ ਇਹ ਨੌਜਵਾਨ ਇੱਕ ਭਗਤੇ ਭਾਈ ਦਾ। ਲਓ ਉਧਰਲੇ ਪਾਸੇ ਖਾਰੇ ਵਾਲਾ ਕਰਦਾ ਸੀ ਟਰਾਈ ਪਰ ਪੁਆਇੰਟ ਟ੍ਰੇਡਰ ਦਾ, ਸੰਘਾ ਚੱਲਿਆ ਖਾਰੇ ਵਾਲਾ ਕਬੱਡੀ ਪਾਉਣ, ਇਸ ਸਮੇਂ ਮੱਥਾ ਟੇਕਿਆ ਮੁੰਡੇ ਨੇ ਹੱਥ ਜੋੜੇ ਤੇ ਲੱਗਿਆ ਕਿ ਤੈਨੂੰ ਧਿਆਨ ਲੋਕੋ, ਤੂੰ ਆਖਦਾ ਕਬੱਡੀ ਖਿਡਾਰੀ ਕੋਈ ਵੀ ਜਾਫੀ ਜੱਫਾ ਲਾਵੇਗਾ 100 ਰੁਪਇਆ ਪਵੇਗਾ। ਹੈਲੋ ਜੋ ਧੋਨੀ ਜੱਫਾ ਲਾਓ ਨਾ ਬਿੱਟੂ ਆਸਟ੍ਰੇਲੀਆ ਵਾਲੇ ਵੱਲੋਂ 100 ਰੁਪਇਆ, ਮੈਂ ਵੀ ਦੇਊਂਗਾ ਤੈਨੂੰ 100 ਰੁਪਇਆ ਜੇ ਜੱਫਾ ਲਾਏਗਾ ਪੁੱਤ। ਸ਼ੀਰਾ ਕੋਟੜੇ ਦਾ ਦੇਖਦੇ ਜ਼ਿਲ੍ਹਾ ਮਾਨਸਾ ਇਸ ਨੌਜਵਾਨ ਦਾ ਪੁੱਤ ਬਣ ਕੇ ਖਾਰੇ ਦਾ ਖੇਡਦਾ, ਪੈਂਦੀ ਆ ਰੇੜ ਹਰਦੀਪ ਪਾਉਂਦਾ ਹੈ ਕਬੱਡੀ, ਕਿਹੜਾ ਦੇਖਦੇ ਸਰਾਵਾਂ ਦਾ ਜੱਫਾ ਲਾਵੇਗਾ ਗੁਰਵਿੰਦਰ ਧੋਨੀ ਜੱਫਾ ਲਾਵੇਗਾ ਜਾਂ ਬਾਜਾ। ਲਓ ਇਧਰਲੇ ਪਾਸੇ ਜੇ ਜੱਫਾ ਲੱਗੇਗਾ 100 ਦਾ ਨੋਟ ਹੋਣਾ, ਪਰ ਆਹ ਚੱਲਿਆ ਹਰਦੀਪ ਖਾਰੇ ਵਾਲਾ, ਵਾਹ ਕਿ ਕੌਣ ਨੀ ਜਾਣਦਾ ਕਹਿੰਦੇ ਬਾਪੂ ਗਾਂਧੀ ਖਾਰੇ ਵਾਲੇ ਨੂੰ, ਪਰ ਕੌਣ ਨੀ ਜਾਣਦਾ ਕਹਿੰਦੇ ਬਾਪੂ ਗਾਂਧੀ ਖਾਰੇ ਵਾਲੇ ਨੂੰ, ਉਹ ਸੁਪਰ ਸਟਾਰ ਬਲਾਤਾ ਜੀ ਨੇ ਭਿੰਦੇ ਤੇ ਕਾਲੇ ਨੂੰ। ਅੱਜ ਵੀ ਹਾਂ ਜੇਕਰ ਪੀਤੇ ਨੂੰ ਕੋਈ ਜੱਫਾ ਲਾਵੇਗਾ 100 ਰੁਪਇਆ ਇਕਬਾਲ ਵੱਲੋਂ ਹੋਣਾ, ਕਿ ਕੌਣ ਨੀ ਜਾਣਦਾ ਕਹਿੰਦੇ ਬਾਪੂ ਗਾਂਧੀ ਖਾਰੇ ਵਾਲੇ ਨੂੰ, ਸੁਪਰ ਸਟਾਰ ਬਲਾਤਾ ਜੀ ਨੇ ਭਿੰਦੇ ਤੇ ਕਾਲੇ ਨੂੰ। ਅੱਜ ਵੀ ਪੈਰੀ ਹੱਥਾਂ ਲਾਉਂਦਾ ਕਹਿੰਦੇ ਮੇਰ ਮਰਾੜਾਂ ਦਾ, ਤੇ ਫਿਰ ਕੌਡੀ ਖੇਡ ਨਹੀਂ ਸਕਦਾ ਕਹਿੰਦੇ ਪੁੱਤ ਕਰਾੜਾਂ ਦਾ। ਇਧਰਲੇ ਪਾਸੇ ਚੱਲਿਆ ਕੌਡੀ ਪਾਉਣ ਲਛਮਣ ਸਿੰਘ ਲੱਖਾ ਨਾਮ ਹੈ ਇੱਕ ਗਾਜੀਪੁਰ ਦਾ, ਦੇਖਦੇ ਦੁਨੀਆ ਕਿੰਗ ਦੇ ਨਾਂ ਤੇ ਜਾਣਦੀ ਹੈ, ਇੱਕ ਇਹ ਲੱਖਾ ਇੱਕ ਪੱਕੇ ਦਾ, ਇੱਕ ਦੇਖਦੇ ਪੈਂਦੀ ਆ ਰੇਡ ਖੇਡ ਮੈਦਾਨ ਦੀ ਅੰਦਰ ਵਾਹ ਕਬੱਡੀ ਕਬੱਡੀ ਕਰਦਾ, ਇਹ ਹੈ ਲਛਮਣ ਸਿੰਘ ਲੱਖਾ ਖਾਰੇ ਵਾਲਾ, ਕਿ ਲੱਲੇ ਨਾਲ ਲੱਖਾ ਤੇ ਸੱਸੇ ਨਾਲ ਸਰੂਰ ਹੈ, ਗੱਗੇ ਨਾਲ ਗਾਜੀਪੁਰੀਆ ਕਬੱਡੀ ਚ ਮਸ਼ਹੂਰ ਹੈ, ਘੱਗੇ ਨਾਲ ਘੋੜਾ ਤੇ ਘੋੜੇ ਵਾਂਗੂ ਭੱਜਦਾ, ਰੱਜ ਕੇ ਸੁਲੱਖਾ ਫਿਰ ਲੱਖਾ ਬੜਾ ਫੱਬਦਾ, ਇੱਕ ਪਾਸੇ ਸਾਹੋ ਗਿਆ ਵਾਲ ਟਰਾਈ ਕਰਦਾ ਪਰ ਪੁਆਇੰਟ ਜਿਹੜਾ ਰੇਡਰ ਦੇ ਖਾਤੇ ਹੈ। ਜੱਸਾ ਚੱਲਿਆ ਸਰਾਵਾਂ ਦੀ ਧਰਤੀ ਦਾ ਕਬੱਡੀ ਪਾਉਣ, ਕਿ ਧਾਵੀ ਪਾਉਣ ਕਬੱਡੀਆਂ ਤੇ ਜਾਫੀ ਲਾਉਂਦੇ ਕੈਚ, ਕਿ ਧਾਵੀ ਪਾਉਣ ਕਬੱਡੀਆਂ ਤੇ ਜਾਫੀ ਲਾਉਂਦੇ ਕੈਚ, ਕਹਿੰਦੇ ਬੜੇ ਹੀ ਹੁੰਦੇ ਜਾਂਦੇ ਯਾਰੋ ਇਹ ਰੌਚਕ ਮੈਚ,
ਦਰਸ਼ਕਵੀਰ ਵਜਾਉਣ ਤਾੜੀਆਂ ਫਿਰ ਪੈਂਦੇ ਨੇ ਲਕਾਰੇ ਖੇਡ ਕਬੱਡੀ ਨੂੰ ਫਿਰ ਹੁਣ ਮੁੱਢ ਖੇਡਦੇ ਸਾਰੇ ਮੈਨੂੰ ਲੱਗਦਾ ਹੈ ਸਰਾਣਾ ਵਾਲਾ ਦਾ ਊਠ ਜਿਹੜਾ ਪਹਾੜ ਕੇ ਨੀਚੇ ਆ ਗਿਆ ਕਰੋ ਜਾਂ ਮਰੋ ਵਾਲੀ ਗੱਲ ਬਣੀ ਪਈ ਹੈ ਇਸ ਸਮੇਂ ਸੌਦਾ ਨੋਟ ਹੋਵੇਗਾ ਪਾ ਲਿਟਰੀ ਵੱਲੋਂ ਆਹ ਲਓ ਪੈਂਦੀ ਆ ਰੇਡ ਫਿਰ ਹਰਦੀਪ ਖਾਰੇ ਦਾ ਕਬੱਡੀ ਪਾਉਂਦਾ ਹੈ ਵਾਹ ਖਾਰੇ ਵਾਲਾ ਕਾਲ ਕਬੱਡੀ ਪਾਉਂਦਾ ਹੈ ਕਪਤਾਨ ਫਿਰ ਗੂੰਜਦਾ ਮੈਦਾਨ ਗੁਰਵਿੰਦਰ ਧੋਨੀ ਆਏ ਹਾਏ 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 ਪਰ ਪੁਆਇੰਟ ਜਿਹੜਾ ਰੇਡਰ ਦੇ ਖਾਤੇ ਹੈ ਵਾਹ ਜੀ ਵਾਹ ਸਾਡਾ ਵੀਰ ਕਵਾਲ ਆਖਦਾ ਜਿਹੜਾ ਪੀਤੇ ਨੂੰ ਜੱਫਾ ਲਾਊਗਾ 100 ਰੁਪਇਆ ਹੋਣਾ ਲਓ ਪੈਂਦੀ ਆ ਰੇੜ ਖੇਡ ਮੈਦਾਨ ਦੇ ਅੰਦਰ ਬਖਤ ਕਰਦਾ ਪੀਤਾ ਪਾਉਂਦਾ ਹੈ ਕਬੱਡੀ ਕਹਿੰਦੇ ਹੈ ਦਿਮਾਗ ਨਾਲ ਉਧਰ ਕੋਟੜੇ ਵਾਲਾ ਛੀਰਾ ਨੰਬਰ ਲੈਂਦਾ ਹੈ ਡਾਂਗ ਨਾਲ ਇਹ ਫੜੇ ਜਿਹੜਾ ਧੌਣ ਮੂਹਰੇ ਦੁਨੀਆ ਲਿਆਉਂਦੀ ਹੈ ਫੜੇ ਜਿਹੜਾ ਧੌਣ ਮੂਹਰੇ ਦੁਨੀਆ ਲਿਆਉਂਦੀ ਹੈ ਕੰਧ ਵੱਲ ਦਾ ਲੱਖਾਂ ਰੰਗ ਮਿਹਨਤ ਲਿਆਉਂਦੀ ਹੈ ਅੱਜ ਜਿਹਨਾਂ ਨੇ ਮਿਹਨਤ ਕੀਤੀ ਹੈ ਅੱਜ ਉਹਨਾਂ ਨੇ ਜਿੱਤ ਕੇ ਜਾਣਾ ਲਓ ਪੈਂਦੀ ਆ ਰੇਡ ਫਿਰ ਚੱਲਿਆ ਕਬੱਡੀ ਪਾਉਣ ਖਾਰੇ ਵਾਲਾ ਸੰਘਾ ਕਬੱਡੀ ਕਬੱਡੀ ਕਰਦਾ ਕਿ ਥੰਮਾਂ ਜਿਹੇ ਪੱਟ ਡੌਲੇ ਵਾਂਗ ਸਤੀਰਾਂ ਦੇ ਪੇਚੇ ਪੈਣੇ ਮਿੱਤਰੋ ਲੋਹੇ ਜਿਹੇ ਸਰੀਰਾਂ ਦੇ ਪੇਚੇ ਪੈਣੇ ਮਿੱਤਰੋ ਲੋਹੇ ਜਿਹੇ ਸਰੀਰਾਂ ਦੇ ਅੰਨੀ ਹਿੱਕ ਵਿੱਚ ਜਾਣ ਭੇੜ ਹੋਊ ਸਾਨਾਂ ਦਾ ਬੱਛੋ ਵਾਲੀਆਂ ਕਬੱਡੀ ਖੇਡਣਾ ਸ਼ੌਕ ਜਵਾਨਾਂ ਦਾ ਬੱਛੋ ਵਾਲੀਆਂ ਕਬੱਡੀ ਖੇਡਣਾ ਸ਼ੌਕ ਜਵਾਨਾਂ ਦਾ ਇਧਰਲੇ ਪਾਸੇ ਪਾਈ ਹੋਈ ਰੇਡ ਖੇਡ ਮੈਦਾਨ ਵਿੱਚ ਜੱਸਾ ਸਰਾਵਾਂ ਦੀ ਧਰਤੀ ਦਾ ਲਓ ਇੱਕ ਪਾਸੇ ਖਾਰੇ ਵਾਲਾ ਖਾਰੇ ਵਾਲ ਨੇ ਲਾਇਆ ਹੋਇਆ ਜੱਫਾ ਔਰ ਪੁਆਇੰਟ ਜਾਫੀਆਂ ਦਾ ਪੁਆਇੰਟ ਜਾਫੀਆਂ ਦਾ ਇਸ ਨਾਲ ਮੈਚ ਦੀ ਸਮਾਪਤੀ ਇਸ ਮੈਚ ਵਿੱਚੋਂ ਜੇਤੂ ਦੀ ਟੀਮ ਹੈ ਖਾਰਾ ਖਾਰੇ ਦੀ ਟੀਮ ਨੇ ਮੁਕਾਬਲਾ ਜਿੱਤ ਲਿਆ ਨਹੀਂ ਹੈਲੋ ਸਰਾਵਾਂ ਦੇ ਨੇ 7.5 ਤੇ ਖਾਰੇ ਦੇ ਨੇ 12 ਇਹ ਖਾਰਾ ਜੇਤੂ ਆ ਆਓ ਜੀ ਗੁਰੂ ਸਰ ਘੱਗਾ ਤੇ ਰਾਈਆ ਗੁਰੂ ਸਰ ਘੱਗਾ ਤੇ ਰਾਈਏ ਦਾ ਮੁਕਾਬਲਾ ਹੋਣਾ ਪੀਤਾ ਆ ਕੇ 100 ਰੁਪਇਆ ਲੈ ਜੇ ਸਾਡਾ ਪਿੰਦੂ ਕਬੱਡੀ ਖਿਡਾਰੀ 100 ਰੁਪਇਆ ਭੇਜਦਾ ਪੀਤਾ ਕੇ ਆਪਣਾ 100 ਰੁਪਇਆ ਲੈ ਜੇ ਹੈਲੋ ਅਸੀਂ 75 ਕਿਲੋ ਦੇ ਤੀਸਰੇ ਵਰਗ ਦੀਆਂ ਟਾਈਆਂ ਕੱਢਣ ਜਾ ਰਹੇ ਹਾਂ ਹਾਂਜੀ 7.5 ਹਾਂਜੀ 75 ਕਿਲੋ ਵਾਲੀਆਂ ਟਾਈਆਂ ਕੱਢਣ ਜਾ ਰਹੇ ਹਾਂ ਕਿਰਪਾ ਕਰਕੇ ਸਾਡੇ ਕੋਲ ਹਰਦੇਵ ਸਿੰਘ ਜੀ ਸਰਾਹ ਗਰਾਊਂਡ ਚੋਣ ਉਹਨਾਂ ਦੇ ਨਾਲ ਜਗਸੀਰ ਸਿੰਘ ਜੀ ਜੱਸੜ ਕਿਰਪਾ ਕਰਕੇ ਉਹ ਵੀ ਗਰਾਊਂਡ ਚੋਣ ਜਗਸੀਰ ਸਿੰਘ ਜੀ ਜੱਸੜ ਤੀਜੇ ਵਰਗ ਦੀਆਂ ਟਾਈਆਂ ਕੱਢਣ ਜਾ ਰਹੇ ਹਾਂ ਸਾਰੇ ਖਿਡਾਰੀ ਆਪੋ ਆਪਣੇ ਮੈਚ ਨੋਟ ਕਰ ਲਿਆ ਜੋ ਪੱਕਾ ਤੇ ਚੱਕ ਭਾਈ ਕਾ ਇਹ ਟੀਮਾਂ ਤਿਆਰੀ ਖਿੱਚਣ ਪੱਕਾ ਤੇ ਚੱਕ ਭਾਈ ਕਾ ਬੜਾ ਧੰਨਵਾਦ ਹੈ ਇੱਧਰ ਦੇਖਦੇ ਸਟੇਜ ਦੇ ਉੱਪਰ ਛੱਤ ਦੇ ਉੱਪਰ ਸਾਡੇ ਵੀਰ ਬੈਠੇ ਨੇ ਗਰਮੀ ਦੇ ਵਿੱਚ ਬੜਾ ਧੰਨਵਾਦ ਹੈ ਵਾਹਿਗੁਰੂ ਚੜ੍ਹਦੀ ਕਲਾ ਤੇ ਰੱਖੇ ਤੁਹਾਨੂੰ ਦਿਨ ਦੁੱਗਣੀ ਰਾਤ ਦੁੱਗਣੀ ਤਰੱਕੀ ਬਖਸ਼ੇ ਲਓ ਇੱਕ ਪਾਸੇ ਮੈਚ ਹੈ ਰਾਈਆ ਦੇਖਦੇ ਨੀਲੇ ਖਾਂ ਨੇ ਬੜਾ ਸੋਹਣਾ ਲਿਖਿਆ ਕਿ ਮੇਰੇ ਨੈਣ ਤਰਸਦੇ ਰਹਿੰਦੇ ਨੇ ਨਨਕਾਣਾ ਦੇਖਣ ਨੂੰ ਹਾਂਜੀ ਟਿੱਕਾ ਸਿੰਘ ਜੱਸੜ ਜੀ ਉਹ ਵੀ ਕਿਰਪਾ ਕਰਕੇ ਆਉਣ ਹਾਂਜੀ ਇੱਕ ਪਾਸੇ ਗੁਰੂ ਸਰ ਘੱਗਾ ਜ਼ਿਲ੍ਹਾ ਮੁਕਤਸਰ ਦੀ ਟੀਮ ਹੈ ਹਾਂਜੀ ਤੀਜੇ ਰਾਊਂਡ ਦਾ ਜਿਹੜਾ ਪਹਿਲਾ ਮੈਚ ਆ ਬਰਗਾੜੀ ਵਰਸੇ ਜਗ ਸਿੰਘ ਵਾਲਾ ਬਰਗਾੜੀ ਤੇ ਜਗ ਸਿੰਘ ਵਾਲਾ ਜਗ ਸਿੰਘ ਵਾਲਾ ਇਹ ਦੋਵੇਂ ਟੀਮਾਂ ਗਰਾਊਂਡ ਦਾ ਮੈਚ ਆਕਲੀਆ ਵਰਸੇ ਜਾਂ ਰਾਜਪਾਲ ਕਲੱਬ ਸਰਾਵਾਂ ਆਕਲੀਆ ਤੇ ਰਾਜਪਾਲ ਕਲੱਬ ਸਰਾਵਾਂ ਦੀ ਡਾਂਗ ਖੜਕਣੀ ਹੈ ਤੀਜਾ ਮੈਚ ਡੇਰਾ ਗੋਲੇ ਵਾਲਾ ਤੇ ਸਿੰਘਾਂ ਵਾਲਾ ਤੀਜਾ ਮੈਚ ਡੇਰਾ ਗੋਲੇ ਵਾਲਾ ਤੇ ਸਿੰਘਾਂ ਵਾਲਾ ਉਦੋਂ ਅਗਲਾ ਮੈਚ ਖਾਰਾ ਤੇ ਰੋੜੀ ਹਰਿਆਣਾ ਖਾਰਾ ਤੇ ਰੋੜੀ ਹਰਿਆਣਾ ਉਦੋਂ ਅਗਲਾ ਮੈਚ ਰੂੜੇ ਕੇ ਕੱਤਾ ਵਸ ਦੂਜਾ ਜੇਤੂ
रूड़े के कला वर्ष दूजा जेतू उदू अगला मैच पहला जेतू ते रूड़े सच्चाई का सबूत पुत सच्चाई चलनी है नाल लो इस समय वाला चलना गभरू कबड्डी पौन पिंदरे का पेंडू है खेड़ मैदान के अंदर कबड्डी पैंती है लो गुरु सर घगे वाला नौजवान घेरता है पर पॉइंट जेड़ा रेडर देखा ते जगजीत कॉफी चलिया कबड्डी पौन खेड़ मैदान के अंदर उधर सत्या कंप्यूटर जे वाले वीर नेड़े चहल मार्केट असी बड़ा धनवाद करते हैं जिन्हों का बड़ा सहयोग उत्थे विक्रम बच्चों कोटपुरा डॉक्टर विक्रम जी उन्हों का असी बड़ा धनवाद करते हैं लो इधरले पासे पैंती आ रेड खेड़ मैदान के अंदर जगजीत कॉफी एक पासे बंसा ढलवा मोड़ता जिला बरनाले का गभरू करता है ट्राई पर पॉइंट जेड़ा रेडर के खाते है आ चलिया कंती राइए वाला कबड्डी पौन अगला मैच पक्का ते चक भाई के टीमां चकार होना है लो एक पासे फिर मुकाबला हो गया गुरु सर घगे का गभरू फिर करता है ट्राई पर आ चलिया राइए वाला कंती बड़ा तजर्बा है मैं खेड़ कबड्डी का इस नौजवान को लो लंबी पारी का घोड़ा जोड़ा इस समय कबड्डी खेड़ आ रहा है यह है कंती राइए स्टार खिलाड़ी है चले है दविंदर सिंह सरदार के कोई एक बारे कोई दो बारे देश कम तो सत बारे फिर सत बार के कहने भाना मीठा लागे तेरा सरबंस दानिया वे देना कौन देगा तेरा सिंह सरदार है एक पासे चढ़ती जवानी एक पासे मोना ते एक पासे ज्ञानी फिर टक्कर हो गई है यह है जग्गा झनीर पिंडा एनू कहते हैं जग्गा झनीर कुरे फिर सौंधिया पा शरीर कुरे जरा कमाल करता है फिर मार मार कंतियां लत्तां लाल करता है बेहतरीन जफा लड़ता है यह है जग्गा झनीर वाला गोपी झनीर का पेंडू है राइए वाला चलिया गभरू कबड्डी पौन खेड़ मैदान के अंदर के पता पंजा पे तो लगता है पता पंजा पे तो लगता है कोई केड़ा रेड बराबर कड़ता है मुल पेंदे यार खुराकां खाधियां दे फिर कौडी कौडी करते देखो पुत पंजाबियां दे जगजीत कॉफी नाम है रखाला पिंड है गुरु सर घगे का पुत वाल खेड़ता है जगजीत चला कॉफी रखाले वाला कबड्डी पौन अगला मैच चक भाई का ते पक्के दियां टीमां विचकार होना है यह टीम भी अपने आप को तैयार करके जल्दी खेल ग्राउंड पर आ जाए मेरे तो पहला दीपू अमरगढ़ कलदीप टैपी बहुत सोहने बोल बोले है बड़ा धन्यवाद है ओही झनीर वाला जग्गा फिर मुकाबला हो गया सख्त इस समय लग्या जोर जवानों विचकार है कि कोई जित जाता है कोई हार जाता है कोई जित जाता है कोई हार जाता है जिहड़ा भी खिलाड़ी रहे हरजीत बराड़ वांगू हसदा जेड़ा भी बंदा दो बेड़ियां च पैर रखे और बंदा डुब के मर जांदा है कोई जित जांदा है कोई हार जांदा है वाह कापी चले राइए वाला कबड्डी पौन ला गुरु सर घगे वाले ने मोड़ते संभाल लिया कंती राइए वाले डक वज गई है इस समय जफा लगे मैं गुरु सर घग्गा सिंह सरदार चलिया गुरु सर वाला कबड्डी पौन के सिख की निशानी कंघा कृपान कड़ा लखा जस जाता है सिंह सरदार खड़ा यह है सिंह सरदार जेड़ा इस समय कबड्डी